शराब बेचने वालों के हौसले बुलंद, कर्फ्यू के बीच भी बिक रही शराब। खुफिया जानकारी मिलने के अनुसार पंजाब पुलिस ने अवैध शराब बेच रहे आदमी के घर पर छापामारी की, जहां पुलिस को 22 बोतलें अवैध शराब की बरामद हुई। पुलिस का कहना है कि आरोपी अवैध शराब खरीदता और बेचता था। पुलिस की ओर से मामला दर्ज कर लिया गया है। जी ਅਸੀਂ ਮਤਲਬ ਭਾਰਤ ਸਰਕਾਰ ਦੇ ਹੁਕਮ ਨਾਲ ਅੱਜ ਬੰਦ ਚੱਲ ਰਿਹਾ ਸੀ, ਕਾਫੀ ਦਿਨਾਂ ਤੋਂ ਕਰਫਿਊ ਲੱਗਾ ਹੋਇਆ ਹੈ, ਜਿਸ ਕਰਕੇ ਮਤਲਬ ਅਸੀਂ ਏਰੀਏ 'ਚ ਗਸ਼ਤ ਕਰ ਰਹੇ ਸੀ ਤਾਂ ਸਾਡੇ ਕੋਲ ਸੀਕ੍ਰੇਟ ਇਨਫੋਰਮੇਸ਼ਨ ਆਈ ਕਿ ਕੋਈ ਬੰਦਾ ਮਤਲਬ ਸ਼ਰਾਬ ਵੇਚ ਰਿਹਾ ਆ, ਜਿਸ ਨਾਲ ਕਿ ਇੱਕ ਤਾਂ ਇਕੱਠ ਹੋਏਗਾ ਤਾਂ ਦੂਸਰਾ ਕਰੋਨਾ ਦੀ ਬਿਮਾਰੀ ਫੈਲਣ ਦੀ ਸੀ ਵੀ ਸੰਭਾਵਨਾ ਹੈ, ਜਿਸ ਕਰਕੇ ਜਦੋਂ ਅਸੀਂ ਮੌਕੇ 'ਤੇ ਜਾ ਕੇ ਰੇਡ ਕੀਤੀ ਤਾਂ ਸਾਨੂੰ ਉੱਥੋਂ 22 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਈਆਂ ਅਤੇ ਜਿਸ ਕਰਕੇ ਅਸੀਂ ਮਤਲਬ ਇੱਕ ਕਾਟ 14 'ਚ ਅਕੋਰਡਿੰਗ ਐਕਸਾਈਜ਼ ਪਰਚਾ ਦਿੱਤਾ ਅਤੇ ਦੂਸਰਾ ਮਤਲਬ ਇੱਕ ਮਤਲਬ ਕਰੋਨਾ ਦੀ ਬਿਮਾਰੀ ਨੂੰ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਉਹਦੇ ਅਧੀਨ ਅਸੀਂ 269 ਅਤੇ 270 ਦੇ ਅਧੀਨ ਪਰਚਾ ਦਿੱਤਾ ਅਤੇ ਕਰਫਿਊ ਦੇ ਰਿਗਾਰਡਿੰਗ ਅਸੀਂ 188 ਦਾ ਪਰਚਾ ਦਿੱਤਾ। ਮੈਡਮ ਇਹ ਅੱਗੇ ਸਪਲਾਈ ਕਰਦਾ ਸੀ ਜਾਂ ਸਿਰਫ ਆਪਣੇ ਘਰ ਲਈ ਲੈ ਕੇ ਆਇਆ? ਨਹੀਂ ਜੀ ਬਿਲਕੁਲ, ਕਿਉਂਕਿ ਇਹਦੇ ਕੋਲੋਂ 22 ਬੋਤਲਾਂ ਬਰਾਮਦ ਹੋਈਆਂ ਆ, ਜਦਕਿ ਮਤਲਬ ਸਾਨੂੰ ਇਨਫੋਰਮੇਸ਼ਨ ਸੀਗੀ ਕਿ ਇਹ ਮਤਲਬ ਸ਼ਰਾਬ ਲਿਆ ਕੇ ਵੇਚਦਾ ਆ, ਮਤਲਬ ਅੱਗੇ ਦੀ ਅੱਗੇ ਸਪਲਾਈ ਕਰਦਾ ਆ। ਸੋਨੂ ਸੋਡੀ ਕੇ ਸਾਥ ਵਿਸ਼ਾਲ ਸ਼ਰਮਾ, ਲਾਈਵ ਅੰਮ੍ਰਿਤਸਰ। ਲਾਈਵ ਅੰਮ੍ਰਿਤਸਰ ਕੋ ਲਾਈਕ ਕਰੇ, ਫਾਲੋ ਕਰੇ ਔਰ ਸਬਸਕ੍ਰਾਈਬ ਕਰੇ। ਨੋਟੀਫਿਕੇਸ਼ਨ ਕੇ ਲੀਏ ਬੈਲ ਆਇਕਨ ਦਬਾਨਾ ਨਾ ਭੁਲੇ। ਆਪਕਾ ਹਰ ਕਮੈਂਟ ਹਮਾਰੇ ਲੀਏ ਪ੍ਰੋਤਸਾਹਨ ਕਾ ਕਾਮ ਕਰਤਾ ਹੈ।